ਸ੍ਰੀਕਾਲ ਜੀ ਸਾਰਿਆਂ ਨੂੰ ਮੈਂ ਸਨਮਾਨ ਸਭ ਦਾ ਸਵਾਗਤ ਕਰਦਾ ਅੱਜ ਮੈਂ ਪਹੁੰਚਿਆ ਹੋਇਆ ਮਾਨਸਾ ਜ਼ਿਲ੍ਹੇ ਦੇ ਪਿੰਡ ਬੈਣੀਵਾਲ ਵਿਖੇ ਇੱਥੇ ਤੁਹਾਨੂੰ ਦਿਖਾ ਰਿਹਾ ਡਰੈਗਨ ਫਰੂਟ ਦਾ ਜਿਹੜਾ ਇੱਥੇ ਬਾਗ ਲਗਾਇਆ ਗਿਆ ਮੈਂ ਵੀਡੀਓ ਬਣਾਉਣ ਦਾ ਇਹ ਮਕਸਦ ਸੀਗਾ ਕਿ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਬਹੁਤ ਬੇਰੁਜ਼ਗਾਰੀ ਵੱਧ ਰਹੀ ਹੈ ਉਸ ਨੂੰ ਲੈ ਕੇ ਆਪਾਂ ਹਰ ਕੋਈ ਇਹ ਸੋਚਦਾ ਕੋਈ ਵੀ ਹੈ ਕਿ ਪੜ੍ਹ ਲਿਖ ਕੇ ਅਸੀਂ ਇੱਕ ਨੌਕਰੀ ਮਿਲੀ ਜੇ ਉਹਨੂੰ ਨੌਕਰੀ ਨਹੀਂ ਮਿਲਦੀ ਤਾਂ ਬੰਦਾ ਹੌਸਲਾ ਛੱਡ ਜਾਂਦਾ ਹੈ ਕਿ ਆਪਾਂ ਹੁਣ ਜ਼ਿੰਦਗੀ 'ਚ ਕੁਛ ਕਰ ਨਹੀਂ ਸਕਦੇ ਜਾਂ ਫੇਲ ਹੋ ਗਏ ਪਰ ਆਪਾਂ ਨੂੰ ਜੇ ਆਪਾਂ ਖੇਤੀ ਹੈ ਇਹ ਖੇਤੀ ਦਾ ਜਿਹੜਾ ਧੰਦਾ ਇਹਨੂੰ ਕੋਈ ਬਿਜ਼ਨਸ ਦੇ ਤੌਰ 'ਤੇ ਕਰੀਏ ਤਾਂ ਆਪਾਂ ਇਹਦੇ ਵਿੱਚ ਵੀ ਬਹੁਤ ਕਾਮਯਾਬ ਹੋ ਸਕਦੇ ਜੇਕਰ ਹੁਣ ਆਪਾਂ ਜਿਵੇਂ ਫਸਲੀ ਚੱਕਰਾਂ ਵਿੱਚ ਪਏ ਹੋਏ ਹਾਂ ਝੋਨਾ ਬੀਜ ਲਿਆ ਕਣਕ ਬੀਜ ਲਈ ਝੋਨਾ ਕਣਕ ਇਹਦੇ ਨਾਲ ਤਾਂ ਜਿਹੜੀ ਧਰਤੀ ਦੀ ਉਪਜਾਊ ਸ਼ਕਤੀ ਪਾਣੀ ਸਭ ਕੁਛ ਸਾਡਾ ਖਤਮ ਹੋ ਰਿਹਾ ਹੈਗਾ ਅਤੇ ਨਾਲੇ ਸਾਡੀ ਆਮਦਨ ਦੇ ਵਿੱਚ ਝੋਨਾ ਵਾਧਾ ਹੋ ਨਹੀਂ ਰਿਹਾ ਜਿੰਨੀ ਅਸੀਂ ਮਿਹਨਤ ਕਰ ਜਿੰਨਾ ਹੋਣਾ ਚਾਹੀਦਾ ਸੀ ਪਰ ਹੁਣ ਸਾਨੂੰ ਜਿਹੜੀ ਲੋੜ ਹੈਗੀ ਜਿਵੇਂ ਕਿ ਖੇਤੀ ਦੇ ਕਾਲੇ ਕਾਨੂੰਨ ਸੀਗੇ ਆ ਗਏ ਸੀ ਕਿੰਨੇ ਸਾਰੇ ਜਿਹੜਾ ਕਿ ਡਿਪਰੈਸ਼ਨ ਦੇ ਵਿੱਚ ਆ ਗਏ ਸੀ ਕਿ ਸਾਡੀ ਜ਼ਮੀਨਾਂ ਖੋਹੀਆਂ ਜਾ ਸਕਦੀਆਂ ਨੇ ਅਤੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਜੇਕਰ ਉਹ ਸਹੀ ਤਰੀਕੇ ਨਾਲ ਆਪਾਂ ਦੇਖੀਏ ਆਪਾਂ ਨੂੰ ਸ਼ੱਕ ਸੀਗਾ ਆਪਣੀ ਸਰਕਾਰਾਂ 'ਤੇ ਉਹਨਾਂ ਨੇ ਸਹੀ ਲਾਗੂ ਨਹੀਂ ਕਰਨਾ ਪਰ ਜੇ ਸਹੀ ਤਰੀਕਾ ਦੇਖੀਏ ਤਾਂ ਉਹ ਵੀ ਬਹੁਤ ਕੁਛ ਉਹਦੇ ਵਿੱਚ ਪ੍ਰੋਗਰਾਮ ਸੀਗੇ ਜੇਕਰ ਆਪਾਂ ਖੁਦ ਹੀ ਉਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਖੇਤੀ ਕਰੀਏ ਤਾਂ ਆਪਾਂ ਵੀ ਬਹੁਤ ਕਾਮਯਾਬ ਹੋ ਸਕਦੇ ਹਾਂ ਇਸੇ ਕਰਕੇ ਮੈਂ ਵੀਡੀਓ ਦਿਖਾ ਰਿਹਾ ਤੁਹਾਨੂੰ ਬੈਣੀਵਾਲ ਖੜਾ ਦੇਖੋ ਡਰੈਗਨ ਫਰੂਟ ਹੈ ਇਸ ਤੋਂ ਜਿਹੜਾ ਡਰੈਗਨ ਫਰੂਟ ਤਿਆਰ ਹੁੰਦਾ ਹੈ ਮੇਰੇ ਕਹਿਣ ਦਾ ਭਾਵ ਇਹੀ ਹੈ ਕਿ ਆਪਾਂ ਨੂੰ ਵੀ ਜਿਹੜਾ ਕਿ ਵੰਨ ਸੰਬੰਧੀ ਖੇਤੀ ਵੱਲ ਧਿਆਨ ਦੇਣਾ ਚਾਹੀਦਾ ਕਿ ਆਪਾਂ ਇੱਕ ਬਿਜ਼ਨਸ ਬਣਾ ਕੇ ਇੱਕ ਜੌਬ ਦੀ ਤਰ੍ਹਾਂ ਖੇਤੀ ਕਰੀਏ ਅਤੇ ਇੱਕ ਡੇਲੀ ਕਹਿ ਸਕਦੇ ਹਾਂ ਕਿ ਸਵੇਰੇ ਆ ਕੇ ਸ਼ਾਮ ਨੂੰ ਉੜੀਏ 8 ਘੰਟੇ ਕੱਢੀਏ ਖੇਤ ਵਾਸਤੇ ਜੌਬ ਦੀ ਤਰ੍ਹਾਂ ਕੰਮ ਕਰਦੇ ਹਾਂ ਤਾਂ ਆਪਾਂ ਨੂੰ ਖੇਤੀ ਦੇ ਵਿੱਚ ਵੀ ਬਹੁਤ ਮੁਨਾਫਾ ਹੋ ਸਕਦਾ ਹੈ ਬਾਈ ਇਹ ਜਿਹੜੇ ਖੜੇ ਜਿਨ੍ਹਾਂ ਨੇ ਇਹ ਉੱਦਮ ਕੀਤਾ ਬਾਈ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਕੇ ਤੁਸੀਂ ਜਾਣਕਾਰੀ ਦਿਓ ਵੀ ਕਦੋਂ ਤੁਸੀਂ ਖੇਤੀ ਸ਼ੁਰੂ ਕੀਤੀ ਹੈ ਕਿਵੇਂ ਤੁਹਾਨੂੰ ਸੇਧ ਮਿਲੀ ਹੈ ਬਾਈ ਨਾਮ ਮੇਰਾ ਗੁਰਸ਼ਰਨ ਸਿੰਘ ਆ ਪਿੰਡ ਬੈਣੀਵਾਲ ਖੇਤੀ ਤਾਂ ਤਕਰੀਬਨ 1.5 ਸਾਲ ਹੋ ਗਿਆ ਜੀ ਸਟਾਰਟ ਕੀਤੀ ਨੂੰ ਪਿਛਲੇ ਸਾਲ ਫਰਵਰੀ 'ਚ ਲਾਏ ਸੀ ਬੂਟੇ ਜੀ ਇਹ ਕਿੰਨੇ ਟਾਈਮ ਬਾਅਦ ਮਤਲਬ ਫਲ ਦੇਣ ਦੇ ਯੋਗ ਹੋਏ ਮੰਨ ਲਓ ਸਾਲ ਦਾ ਬੂਟਾ ਵਧੀਆ ਗਰੋਥ ਕਰ ਜੇ ਤਾਂ ਸਾਲ ਦਾ ਬੂਟਾ ਫਲ ਦੇ ਕਿੰਨੀ ਜਗ੍ਹਾ 'ਚ ਆਪਣਾ ਲਾਇਆ ਹੋਇਆ ਇਹ 1/2 ਏਕੜ 'ਚ ਲੱਗਿਆ ਹੋਇਆ 200 ਪੂਲ ਲੱਗਿਆ ਜੇਕਰ ਆਪਾਂ ਦੇਖੀਏ ਜਿਹੜਾ ਲਾਉਣ 'ਤੇ ਇਹਦਾ ਖਰਚਾ ਆਉਂਦਾ ਹੈ ਖਰਚਾ ਤਾਂ ਵੈਸੇ ਕਿਲੇ ਹਿਸਾਬ ਨਾਲ ਕਿੰਨਾ ਕੁ ਆ ਗਿਆ ਕਾਫੀ ਖਰਚਾ ਆ ਜਾਂਦਾ ਜੇ ਤਾਂ ਮੰਨ ਲਓ ਵੀ ਆਪਾਂ ਆਪ ਤਿਆਰ ਕਰਦੇ ਹਾਂ ਇਹ ਪੋਲ ਤੇ ਰਿੰਗ ਫਿਰ ਥੋੜਾ ਘੱਟ ਆ ਜਾਂਦਾ ਜੇ ਆਪਾਂ ਮੁੱਲ ਲੈ ਕੇ ਆਉਂਦੇ ਫਿਰ ਜ਼ਿਆਦਾ ਆ ਜਾਂਦਾ ਅਸੀਂ ਤਾਂ ਆਪ ਹੀ ਤਿਆਰ ਕੀਤੇ ਨੇ ਇਹ ਸਪੈਸ਼ਲ ਤਿਆਰ ਕਰਨੇ ਹਾਂ ਇਹ ਆਪੀ ਤਿਆਰ ਕੀਤੇ ਅਸੀਂ ਪੋਲ ਵੀ ਆਪ ਫਰਮੇ ਬਣਾ ਕੇ ਤਿਆਰ ਕੀਤੇ ਤੇ ਇਹ ਵੀ ਫਰਮੇ ਬਣਾ ਕੇ ਤਿਆਰ ਕੀਤੇ ਫਿਰ ਥੋੜਾ ਘੱਟ ਆ ਜਾਂਦਾ ਮੰਨ ਲਓ ਤਕਰੀਬਨ 2.5 ਲੱਖ ਰੁਪਇਆ ਖਰਚਾ ਆ ਗਿਆ ਇਹ ਮੰਨ ਲਓ ਜਿਹੜਾ ਫਰੂਟ ਹੈ ਇਹ ਤੁਸੀਂ ਕਹਿੰਦੇ ਵੀ 1 ਸਾਲ ਬਾਅਦ ਫਰੂਟ ਲੱਗਣ ਲੱਗਾ ਹਾਂ ਬਸ ਇਹ ਅਸੀਂ ਫਰਵਰੀ 'ਚ ਲਾਇਆ ਸੀਗਾ ਤੇ ਇਹਨੂੰ ਮੰਨ ਲਓ 7ਵੇਂ ਮਹੀਨੇ 'ਚ ਫਰੂਟ ਆਉਣ ਲੱਗ ਗਿਆ ਤੇ ਜਿਹੜਾ ਆਪਾਂ ਗੱਲ ਕਰੀਏ ਬਾਜ਼ਾਰ 'ਚ 200 ਤੋਂ ਲੈ ਕੇ 250 ਰੁਪਏ ਤੇ ਜਿਵੇਂ ਆਪਾਂ ਇਹ ਕਿਹਾ ਜਾਂਦਾ ਸੀਗਾ ਪਹਿਲਾਂ ਆਪਣੇ ਨਾ ਬਾਗ ਕੋਈ ਬਾਗ ਕੋਈ ਵੀ ਫਰੂਟ ਹੈ ਬਾਗ ਲਾਉਣਾ ਵੀ ਆਪਣੀ ਜਿਹੜੀ ਧਰਤੀ ਇਹਨਾਂ ਚੀਜ਼ਾਂ ਦੇ ਯੋਗ ਨੇਗੀ ਤਾਂ ਤੁਹਾਨੂੰ ਇਹਦੇ ਕੀ ਲੱਗਦਾ ਵੀ ਇਸ ਵਾਸਤੇ ਕਿਹੋ ਜਿਹੀ ਧਰਤੀ ਚਾਹੀਦੀ ਜਿੱਥੇ ਮਤਲਬ ਇਹ ਡਰੈਗਨ ਫਰੂਟ ਦਾ ਬਾਗ ਲੱਗਦਾ ਜਿਹੜਾ ਪਹਿਲਾਂ ਆਪਾਂ ਨੂੰ ਕਹਿ ਜਾਂਦਾ ਸੀ ਵੀ ਆਪਣੇ ਯੋਗ ਨਹੀਂ ਹੈਗੀ ਉਹ ਤਾਂ ਮੈਂ ਫਾਲਤੂ ਦੀਆਂ ਗੱਲਾਂ ਸਾਰੀਆਂ ਆਪਣੀ ਧਰਤੀ ਵਰਗੀ ਧਰਤੀ ਹੈ ਹੀ ਨਹੀਂ ਮਤਲਬ ਜਦੋਂ ਗੁਜਰਾਤ 'ਚ ਪਥਰੀਲੀ ਧਰਤੀ 'ਚ ਹੋ ਸਕਦਾ ਇਹ ਤੇ ਮਾੜੇ ਪਾਣੀ 'ਤੇ ਹੋ ਸਕਦਾ ਆਪਣੇ ਤਾਂ ਵਧੀਆ ਧਰਤੀ ਹੈਗੀ ਕਿੰਨੀ ਵਧੀਆ ਆਪਣੇ ਤਾਂ ਹੋਊ ਨਹੀਂ ਨਾ ਬਾਕੀ ਇਹਦੇ 'ਚ ਜੇ ਆਪਾਂ ਥੋੜ੍ਹਾ ਇੱਕ ਇਹਦਾ ਐਨ ਧਰਤੀ ਨਾਲ ਨਹੀਂ ਇਹਦਾ ਕੋਈ ਜ਼ਿਆਦਾ ਉਹ ਚੰਗੀ ਮਾੜੀ ਨਾਲ ਮਾੜੀ 'ਚ ਵੀ ਹੋ ਜਾਂਦਾ ਧਰਤੀ ਦਾ ਇਹ ਥੋੜ੍ਹਾ ਟੈਂਪਰੇਚਰ ਨਾਲ ਇਹਦਾ ਹੈਗਾ ਟੈਂਪਰੇਚਰ ਜੇ ਇਹਦਾ ਜ਼ਿਆਦਾ ਵੱਧ ਜਾਂਦਾ ਆਪਣਾ ਤਾਂ ਟੈਂਪਰੇਚਰ ਨਾਲ ਇਹਨੂੰ ਗਲਣ ਪੈਦਾ ਹੋ ਜਾਂਦੀ ਹੈ ਡਾਣੀਆਂ ਖਰਾਬ ਹੋ ਜਾਂਦੀਆਂ ਆ ਦੇਖੋ ਜਿਵੇਂ ਗਰਮੀ ਵੇਲੇ ਆਹ ਖਰਾਬ ਹੋ ਜਾਂਦੀ ਇਹ ਜ਼ਿਆਦਾ ਟੈਂਪਰੇਚਰ ਟੈਂਪਰੇਚਰ ਦਾ ਤਾਂ ਆਪਣੇ ਥੋੜਾ ਜਿਹਾ ਆਉਂਦਾ ਹੈਗਾ ਇਸ਼ੂ ਹੋਰ ਆਪਣੇ ਧਰਤੀ ਧੁਰਤੀ ਤਾਂ ਬਹੁਤ ਵਧੀਆ ਆਪਣੀ ਸਾਰਿਆਂ ਨਾਲ ਇਹ ਪਾਣੀ ਵੈਸੇ ਨੋਰਮਲ ਪਾਣੀ ਇਹਨੂੰ ਬਹੁਤ ਘੱਟ ਦੇਣਾ ਹੈਗਾ ਤੇ ਅਸੀਂ ਤਾਂ ਦਿੰਦੇ ਵੀ ਮੋਟਰ ਦਾ ਪਾਣੀ ਸਾਡੀ ਮੋਟਰ ਦਾ ਪਾਣੀ ਬਹੁਤ ਵਧੀਆ ਇੱਕ ਹੋਰ ਤੁਹਾਨੂੰ ਗੱਲ ਦੱਸਦਾ ਇਹਦਾ ਜਿਹੜਾ ਪਾਣੀ ਲਾਉਣ ਦੀ ਬੂਟੀ ਨੂੰ ਵਧੀਆ ਤੁਪਕਾ ਹੁੰਦੀ ਹੈ ਤੁਪਕਾ ਵਿਧੀ ਰਾਹੀਂ ਤੁਪਕਾ ਸਿੰਚਾਈ ਨਾਲ ਹੀ ਦਿੰਦੇ ਪਾਣੀ ਇਹ ਤੁਪਕਾ ਸਿੰਚਾਈ ਕੀਤੀ ਜਾਂਦੀ ਹੈ ਇਹਦੇ ਨਾਲ ਹੀ ਪਾਣੀ ਦਿੰਦੇ ਇਹ ਉਧਰੋਂ ਮੋਟਰ ਚੱਲਦੀ ਹੈ ਉਧਰੋਂ ਮੋਟਰ ਚੱਲਦੀ ਉਧਰੋਂ ਜਿਹੜਾ ਇੱਕ ਜਗ੍ਹਾ ਤੇ ਮੋਟਰ ਹੁੰਦੀ ਹੈ ਉਹਦੇ ਰਾਹੀਂ ਜਿਹੜਾ ਪਾਈਪਾਂ ਦੇ ਵਿੱਚ ਪਾਣੀ ਆਉਂਦਾ ਹੈ ਇਹ ਪ੍ਰੈਸ਼ਰ ਦੇ ਨਾਲ ਫਿਰ ਬੂਟੇ ਨੂੰ ਉੱਪਰ ਤੱਕ ਪਾਣੀ ਲੱਗਦਾ ਨਹੀਂ ਜੜਾਂ ਜੜਾਂ ਨੂੰ ਪਾਣੀ ਅੱਛਾ ਇਹ ਜੜ ਦੇ ਵਿੱਚ ਇਹਦਾ ਜਿਹੜਾ ਪਾਣੀ ਲੱਗ ਜਾਂਦਾ ਤੁਹਾਨੂੰ ਫਰੂਟ ਦਿਖਾ ਦਿੰਦੇ ਆ ਇਹ ਫਰੂਟ ਵੀਰ ਜੀ ਇਹਦੇ ਵਿੱਚ ਤਿਆਰ ਹੁੰਦਾ ਜੀ ਇਹ ਫਲਾਵਰ ਮੂਹਰੋਂ ਖੁੱਲ ਜੂਗਾ ਬਈ ਜੀ ਦੁਬਾਰਾ ਇੱਥੋਂ ਜੜ ਚੋਂ ਫਰੂਟ ਬਣ ਜੂਗਾ ਇਹ ਮੂਹਰੋਂ ਫਲਾਵਰ ਸੁੱਕ ਜੂਗਾ ਠੀਕ ਹੈ ਤੇ ਜਿਵੇਂ ਇਹਨੂੰ ਆਪਾਂ
जो फ्रूट लग गया पूरा तो इन फिर मार्केटिंग बारे की प्रोसैस होगा भी जो खेड़ते बाजार च जिवें आप कह दीजिए मानसा मंडी नेड़े लगती है मानसा मंडी भी बिकजूगा अपने बठिंडे बिकजूगा बिकजूगा अपने लोगों को नॉलेज आ गई ना हुण इहदे बीज वधिया फ्रूट है देखो हो भी सकता है रायपुर पिंड पिंड है उसे कोई यदि खेती करता है राख दिखती है फिर नुकसान तो राख का तो होगा ही ना फिर राखी तो माड़ी है वैसे दूसरे वातावरण भी दूसरे इस तो बिना कोई होर भी कोई वक्री खेती वक्री खेती गन्ने की खेती हुई गन्ना डेढ़ किलो लाया अद्धा किला नीचे किलो पूरी गर्मी ठंड ना भी ਹੋਰ ਕੋਈ ਬਿਮਾਰੀ ਨਹੀਂ ਤੇਲਾ ਨਹੀਂ ਲੱਗਦਾ ਇਹਨੂੰ ਸੁੰਦੀ ਨਹੀਂ ਲੱਗਦੀ ਕੁਛ ਨਹੀਂ ਸਿਹਤ ਤਾਂ ਬਈ ਇਹ ਥੋੜ੍ਹੀ ਜਿਹੀ ਤਾਂ ਸਾਨੂੰ ਜਿੱਥੋਂ ਵੀ ਮਨ 'ਚ ਪਤਾ ਲੱਗਿਆ ਵੀ ਇਹ ਕੋਈ ਡਰੈਗਨ ਫਰੂਟ ਵੀ ਹੁੰਦਾ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਆਪਣੇ ਲੋਕਾਂ ਨੂੰ ਤਾਂ ਹੁਣ ਵੀ ਨਹੀਂ ਪਤਾ ਹੈ ਸਾਡੇ ਪਿੰਡ 'ਚ ਲੱਗਿਆ ਹੋਇਆ ਮੈਨੂੰ ਲੱਗਦਾ 90% ਲੋਕਾਂ ਨੂੰ ਪਤਾ ਹੀ ਨਹੀਂ ਹੋਣਾ ਕਿੰਨੇ ਟਾਈਮ ਬਾਅਦ ਇਹ ਫਲ ਬਸ 5-4 ਦਿਨ 'ਚ ਹੀ ਤੋੜਨ ਵਾਲਾ ਠੀਕ ਹੈ 39 ਦਿਨ 'ਚ ਪੱਕੇ ਤੇ ਵਿੱਚੋਂ ਬਿਲਕੁਲ ਰੈੱਡ ਕਲਰ ਰੈੱਡ ਹੋ ਬੰਨਣਾ ਜ਼ਰੂਰੀ ਆਪਦੀ ਤਾਂ ਇਹਨੂੰ ਹੈਗੀ ਬੂਟੇ ਚ ਤਾਂ ਇੰਨੀ ਤਾਕਤ ਹੀ ਨਹੀਂ ਵਿਆਪੀ ਵਗ ਜਾਂਦਾ ਬਹੁਤ ਜਿਹੜੇ ਵੀਡੀਓ ਤੁਹਾਨੂੰ ਦਰਸ਼ਕ ਦੇਖ ਰਹੇ ਤੁਸੀਂ ਕੀ ਕਹਿਣਾ ਚਾਹੋਗੇ ਜਿਵੇਂ ਕਿ ਆਪਣੇ ਜਿਹੜੇ ਲੋਕ ਨੇ ਸਿਰਫ ਫਸਲ ਚੱਕਰ ਚ ਪਏ ਹੋਏ ਕਦੇ ਝੋਨਾ ਕਣਕ ਇਸ ਚੀਜ਼ ਨੂੰ ਪਏ ਹੋਏ ਆ ਧਰਤੀ ਦਾ ਪਾਣੀ ਕਿੰਨਾ ਡੂੰਘਾ ਜਾ ਜਾਂਦਾ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਬਾਗ ਲਾਉਣ ਬਾਗ ਨੂੰ ਪਾਣੀ ਘੱਟ ਲੋੜ ਪੈਂਦੀ ਹੈ ਬਾਕੀ ਡ੍ਰਿਪ ਨਾਲ ਪਾਣੀ ਹੋਰ ਵੀ ਘੱਟ ਲੋੜ ਪੈਂਦੀ ਹੈ ਕਿੰਨੂਆਂ ਦੇ ਬਾਗ ਲਾਉਣ ਤੇ ਡਰੈਗਨ ਦਾ ਵੀ ਲਾਉਣ ਜਿਹਦਾ ਕੋਈ ਐਂ ਮੰਨ ਲਓ ਖਰਚਾ ਕਰ ਸਕਦਾ ਜਿਹੜਾ ਬੰਦਾ ਹਰੇਕ ਬੰਦਾ ਤਾਂ ਵੈਸੇ ਕਰ ਨਹੀਂ ਸਕਦਾ ਜ਼ਿਆਦਾ ਮਹਿੰਗਾ ਕੰਮ ਹੈ ਇੱਕ ਵਾਰੀ ਤਾਂ ਕਾਫੀ ਖਰਚਾ ਆ ਜਾਂਦਾ 4-5 ਲੱਖ ਰੁਪਇਆ ਖਰਚਾ ਆ ਜਾਂਦਾ ਜੇ ਐਂ ਹੋ ਸਕਦਾ ਇੱਕ ਵਾਰ ਜਿਵੇਂ ਤੁਸੀਂ ਅੱਧੇ ਏਕੜ 'ਚ ਘੱਟ ਜਗ੍ਹਾ 'ਚ ਕਰਕੇ ਹਾਂ ਦੋ ਕਨਾਲ ਕਰ ਲਓ ਕਨਾਲ ਕਰ ਲਓ ਕਿਹੜਾ ਥੋੜ੍ਹਾ ਕਰਕੇ ਦੇਖ ਲਓ ਨਾ ਤਜਰਬਾ ਹੋ ਜਾਂਦਾ ਬੰਦੇ ਨੂੰ ਨਾਲੇ ਖਰਚਾ ਘੱਟ ਹੁੰਦਾ ਸੋ ਵੀਰ ਜੀ ਨੇ ਜਿਵੇਂ ਕਿ ਦੱਸਿਆ ਕਿ ਮੈਂ ਵੀ ਤੁਹਾਨੂੰ ਪਹਿਲਾਂ ਇਹੀ ਜਿਹੜੀ ਅਪੀਲ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਵੰਨ ਸੰਬੰਧੀ ਖੇਤੀ ਕਰਕੇ ਜਿਹੜਾ ਆਪਾਂ ਵੱਧ ਮੁਨਾਫਾ ਕਮਾ ਸਕਦੇ ਜੇਕਰ ਆਪਾਂ ਉਹ ਦੇਖੀਏ ਪਹਿਲਾਂ ਬੁਰਾ ਹਾਲ ਹੋਇਆ ਪਿਆ ਸਾਡੇ ਨਰਮੇ ਦੀ ਫਸਲ ਬੀਜ ਦਿੰਦੇ ਆ ਤਾਂ ਜਿਹੜੀ ਇੱਕ ਨਵੀਂ ਬਿਮਾਰੀ ਜਿਹੜੀ ਗੁਲਾਬੀ ਸੁੰਡੀ ਉਹ ਹਰ ਵਾਰ ਜਿਹੜਾ 2-3 ਸਾਲ ਹੋ ਗਏ ਹਰ ਵਾਰ ਅਟੈਕ ਹੋ ਜਾਂਦਾ ਨਰਮੇ ਦੀ ਫਸਲ ਬਿਲਕੁਲ ਖਤਮ ਹੋ ਰਹੀ ਹੈ ਜੇਕਰ ਆਪਾਂ ਗੱਲ ਕਰੀਏ ਤਾਂ ਸਰਕਾਰ ਦੁਆਰਾ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਸਾਡੀ ਜਿਹੜੀ ਲੁਧਿਆਣਾ ਯੂਨੀਵਰਸਿਟੀ ਬਣੀ ਹੋਈ ਹੈ ਖੇਤੀਬਾੜੀ ਸੰਬੰਧਿਤ ਉਹਨਾਂ ਵੱਲੋਂ ਕਲਾਸਾਂ ਲਗਾਈਆਂ ਜਾਂਦੀਆਂ ਥੋੜ੍ਹੀ ਪਰ ਆਪਾਂ ਨੂੰ ਜਾਗਰੂਕ ਹੋਣਾ ਪਊਗਾ ਉੱਥੇ ਕਲਾਸਾਂ ਹੀ ਲੱਗਦੀਆਂ ਨੇ ਕੋਈ ਵੀ ਆਪਾਂ ਖੇਤੀ ਸੰਬੰਧੀ ਕੋਈ ਕੰਮ ਕਰਨਾ ਜਾਂ ਖੇਤੀ ਦੇ ਨਾਲ ਸਹਾਇਕ ਕੋਈ ਕਿੱਤਾ ਹੈ ਉਹਦੀ ਸਪੈਸ਼ਲ ਜਿਹੜੇ ਕਲਾਸਾਂ ਹੀ ਲੱਗਦੀਆਂ ਨੇ ਤਾਂ ਇਹਨਾਂ ਚੀਜ਼ਾਂ ਬਾਰੇ ਮੈਂ ਮੇਰੇ ਸਮਝ ਦੇ ਮੁਤਾਬਕ ਜਿਹੜੇ ਪਿੰਡਾਂ ਦੇ ਵਿੱਚ ਜਿੰਨੀ ਜਾਗਰੂਕਤਾ ਹੋਊਗੀ ਤਾਂ ਜਿਹੜੇ ਆਉਣ ਵਾਲੇ ਸਮੇਂ 'ਚ ਖੇਤੀ ਸਾਡੇ ਲਈ ਇੱਕ ਮੁਨਾਫੇ ਦਾ ਧੰਦਾ ਬਣ ਸਕਦੀ ਹੈ ਸੋ ਬਹੁਤ ਬਹੁਤ ਧੰਨਵਾਦ ਵੀਰ ਜੀ ਨੇ ਜਾਣਕਾਰੀ ਦਿੱਤੀ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਜਾਣ ਵੇਲੇ ਫਿਰ ਆਖਰ ਇਹੀ ਅਪੀਲ ਕਰਦਾ ਕਿ ਕਿਰਪਾ ਕਰਕੇ ਜਿਹੜਾ ਆਪਾਂ ਕਿਸਾਨ ਤਾਂ ਬਚੂਗਾ ਜੇਕਰ ਆਪਾਂ ਇਸ ਤਰ੍ਹਾਂ ਕੋਈ ਵੰਨ ਸੰਬੰਧੀ ਖੇਤੀ ਦੀ ਜਾਣਕਾਰੀ ਲੈ ਕੇ ਆਪਾਂ ਨਵੇਂ ਤਰੀਕਿਆਂ ਨਾਲ ਵਿਗਿਆਨਕ ਤਰੀਕਿਆਂ ਨਾਲ ਅਤੇ ਕੁਦਰਤੀ ਤਰੀਕਿਆਂ ਨਾਲ ਜਿਹੜਾ ਰਸਾਇਣਕ ਚੀਜ਼ਾਂ ਦੀ ਘੱਟ ਵਰਤੋਂ ਕਰਕੇ ਖੇਤੀ ਕਰੀਏ ਧੰਨਵਾਦ।